ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੀਤੀ ਰਾਤ ਐਲੀ ਮੰਗਟ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਆਏ, ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਵੀ ਉਹਨਾਂ ਨੂੰ ਮਿਲਣ ਲਈ ਇੰਨੇ ਉਤਾਵਲੇ ਹੋ ਗਏ ਕਿ ਜੇਲ੍ਹ ਦੇ ਬਾਹਰ ਕਾਫੀ ਵੱਡੀ ਭੀੜ ਜਮ੍ਹਾਂ ਹੋ ਗਈ। ਇਸ ਮਾਮਲੇ ਵਿੱਚ ਉਹਨਾਂ ਦੇ ਇੱਕ ਦੁਸ਼ਮਣ ਰੰਧਾਵਾ ਵੱਲੋਂ ਕਿਹਾ ਗਿਆ ਕਿ ਮੈਂ ਐਲੀ ਦਾ ਫੈਨ ਹੋ ਗਿਆ ਹਾਂ ਅਤੇ ਉਸਨੂੰ ਮਿਲਣ ਜਲਦੀ ਹੀ ਮੁਹਾਲੀ ਆਵਾਂਗਾ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸੇ ਤਰ੍ਹਾਂ ਦੀ ਹਰ ਅਪਡੇਟ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ। ਦੇਖਦੇ ਹਾਂ ਪੂਰੀ ਵੀਡੀਓ। ਇੱਟ ਕੁੱਤੇ ਵਾਲਾ ਵੈਰ ਐਲੀ ਗੰਦ ਗਾਉਂਦਾ, ਉਹਦੇ ਗਾਣੇ ਨਾ ਸੁਣ। ਐਲੀ 12,000 ਕਿਲੋਮੀਟਰ ਵਾਟ ਤੋਂ ਚੱਲ ਕੇ ਆ ਗਿਆ। ਐਲੀ ਇਹ ਮੋਟਾ ਜਿਹਾ ਵਾਲ ਡਾ ਕੇ ਭੱਜ ਗਿਆ। ਇਹ ਮੋਟਾ ਜਿਹਾ ਕਹਿੰਦਾ ਵੀ ਅਸੀਂ ਪੰਜਾਬੀ ਵਿਰਸਾ ਸਾਂਭ, ਫ੍ਰੀ ਖਾਣਾ ਕਿੱਥੇ ਲਾਇਆ ਬਾਈ। ਜਿਹੜਾ ਐਲੀ ਆ, ਐਲੀ ਦੀ ਜ਼ਮਾਨਤ ਹੋ ਗਈ, ਬਹੁਤ ਵਧੀਆ ਹੋ ਗਿਆ। ਐਲੀ ਦਾ ਮੇਰੇ ਨਾਲ ਸੀਗਾ ਇੱਟ ਕੁੱਤੇ ਵਾਲਾ ਵੈਰ। ਐਲੀ ਨਾਲ ਤਾਂ ਮੇਰੀ ਇੰਨੀ ਲੱਗਦੀ ਸੀ ਜਿੰਨੀ ਵੀ ਕਹਿੰਦੇ, ਪਰ ਐਲੀ ਦੇ ਜਿਹੜੇ ਗਾਣੇ ਆ ਉਹ ਮਾੜੇ ਆ। ਗਾਣੇ ਤਾਂ ਮੈਂ ਕਹਿੰਦਾ ਯਾਰ, ਗਾਣੇ ਐਲੀ ਦੇ ਜਮ੍ਹਾਂ ਨਾ ਸੁਣੋ, ਗਾਣੇ ਤੁਸੀਂ ਮੇਰੇ ਵੀ ਨਾ ਸੁਣੋ। ਮੈਂ ਤਾਂ ਐਂ ਕਹਿੰਦਾ ਵੀ ਐਲੀ ਦੇ ਜਿਹੜੇ ਐਲੀ ਗੰਦ ਗਾਉਂਦਾ ਉਹਦੇ ਗਾਣੇ ਨਾ ਸੁਣੋ, ਗਾਣੇ ਤੁਸੀਂ ਮੇਰੇ ਵੀ ਨਾ ਸੁਣੋ। ਗੱਲ ਮੈਂ ਤੁਹਾਨੂੰ ਨਿਬੇੜ ਦਿੰਦਾ, ਐਲੀ ਦੇ ਵੀ ਗਾਣੇ ਨਾ ਸੁਣੋ, ਮੇਰੇ ਵੀ ਨਾ ਸੁਣੋ। ਯੂਟਿਊਬ ਤੋਂ ਕੱਢ ਕੇ ਜਿਹੜਾ ਵਧੀਆ ਕੋਈ ਸਿੱਖਿਆ ਦਿੰਦਾ ਆਪਾਂ ਨੂੰ ਬਾਬਾ ਆ, ਕੋਈ ਮਰਜ਼ੀ ਆ, ਠੀਕ ਆ, ਕੋਈ ਪਾਠ ਕਰਦਾ ਜਾਂ ਕੁਛ ਵੀ ਕਰਦਾ, ਉਹ ਸੁਣੋ ਯਾਰ। ਗੱਲ ਇਹ ਤੁਹਾਨੂੰ ਮੈਂ ਕਹਿਣਾ, ਗਾਣੇ ਐਲੀ ਗੰਦ ਗਾਉਂਦਾ ਉਹਦੇ ਵੀ ਨਾ ਸੁਣੋ, ਮੇਰੇ ਵੀ ਨਾ ਸੁਣੋ, ਮੇਰੇ ਵੀ ਗੰਦੇ ਆ, ਠੀਕ ਆ, ਐਂ ਲਾ ਲਓ ਚਲੋ। ਅਤੇ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸ ਦਾਂਗਾ, ਐਲੀ ਦੀ ਜ਼ਮਾਨਤ ਹੋ ਗਈ ਵਧੀਆ। ਐਲੀ ਨਾਲ ਮੇਰੀ ਜਿਹੜੇ ਵੀਰਾਂ ਨੂੰ ਪਤਾ ਵੀ ਮੇਰੀ ਐਲੀ ਨਾਲ 1 ਸਾਲ ਲੜਾਈ ਚੱਲੀ ਆ ਭਾਈ। ਮੇਰੀ ਇੱਕ ਗੱਲ ਹੋਰ ਸੁਣ ਲਓ, ਜੇ ਮੈਂ ਮੰਨ ਲਾ ਡਾਕਟਰ ਨੂੰ ਫੋਨ ਕਰਦਿਆਂ ਵੀ ਡਾਕਟਰ ਸਾਹਿਬ ਸਾਡੇ ਘਰ ਆਈ ਅਤੇ ਮੈਂ ਟੀਕਾ ਲਗਾਉਣਾਗਾ ਅਤੇ ਮੈਂ ਢਿੱਲਾ ਹੋ ਗਿਆ, ਅਤੇ ਜਦੋਂ ਇਦੂ ਬਾਅਦ ਡਾਕਟਰ ਆਪਣੇ ਘਰ ਮੂਹਰੇ ਆ ਜਾਏ ਅਤੇ ਆਪਾਂ ਵਾਲ ਡਾ ਕੇ ਭੱਜ ਜਾਈਏ, ਕਿੱਧਰਲੀ ਸੈਣ ਪਾ, ਡਾਕਟਰ ਮੇਰੇ ਟੀਕਾ ਲਾਉਣਾ, ਮੈਂ ਵਾਲ ਡਾ ਕੇ ਉੱਡ ਜਾਂ, ਉਹ ਗੱਲ ਕੀਤੀ ਆ ਬਈ ਇਹਨਾਂ ਨੇ। ਆ ਜਿਹੜੇ ਕਹਿੰਦਾ ਮੋਟਾ ਜਿਹਾ ਨਹੀਂ ਗਾ, ਜਿਹੜੇ ਕਹਿੰਦੇ ਸੀ ਸੱਭਿਆਚਾਰ ਸਾਹਮਣੇ ਮੋਟਾ, ਕਹਿੰਦਾ ਇਹਨੇ ਉਹ ਗੱਲ ਕੀਤੀ। ਐਲੀ 12,000 ਕਿਲੋਮੀਟਰ ਵਾਟ ਤੋਂ ਚੱਲ ਕੇ ਆ ਗਿਆ ਐਲੀ, ਇਹ ਮੋਟਾ ਜਿਹਾ ਵਾਲ ਡਾ ਕੇ ਭੱਜ ਗਿਆ। ਮੇਰੇ ਵਰਗੇ ਤੋਂ ਇੱਥੇ ਜੇ ਬਠਿੰਡੇ ਜਾਣਾ ਹੋਵੇ ਨਾ, ਬਠਿੰਡੇ ਲੜਨ ਤਾਂ ਕੀ, ਜੇ ਬਠਿੰਡੇ ਕੋਈ ਕੰਮ ਜਾਣਾ ਹੋਵੇ ਤਾਂ ਨਹੀਂ ਜਾਇਆ ਜਾਂਦਾ। ਅਤੇ ਮੇਰੀ ਗੱਲ ਸੁਣ ਲਓ ਨਾ, ਐਲੀ ਮੰਗਟ 12,000 ਕਿਲੋਮੀਟਰ ਵਾਟ ਤੋਂ ਆ ਗਿਆ, ਮੋਟਾ ਜਿਹਾ ਉੱਡ ਗਿਆ। ਮੈਂ ਘਰੇ ਡਾਕਟਰ ਬੁਲਾ ਲਾਂ ਵੀ ਮੇਰੇ ਟੀਕਾ ਲਾ ਜਾ, ਮੈਂ ਵਾਲ ਡਾ ਕੇ ਉੱਡ ਜਾਏ, ਕਿੱਧਰਲੀ ਸਿਆਣ ਪਾ। ਐਲੀ ਮੰਗਤਾ ਇੰਨਾ ਵਧੀਆ ਬੰਦਾ ਯਾਰ, ਆਹ ਲੜਾਈ 'ਚ ਕਹਿੰਦਾ ਊਂ ਨਹੀਂ, ਊਂ ਤਾਂ ਮੇਰੇ ਨਾਲ ਸਾਲ ਲੜਿਆ। ਮੈਂ ਤਾਂ 300 ਫਾਰਮ ਵਾਲਿਆਂ ਨੂੰ ਵੀ ਕਹਿੰਦਾ ਗਾ ਵੀ ਭਰਾਵੋ ਐਲੀ ਦੇ ਹੱਕ 'ਚ ਆ ਜਾਓ, 300 ਫਾਰਮ ਵਾਲੇ ਮੇਰੇ ਪਿੱਛੇ ਲੜੇ ਸੀ ਜਦੋਂ ਮੈਨੂੰ ਐਲੀ ਨੇ ਗਾਲਾਂ ਦਿੱਤੀਆਂ ਸੀ। ਪਰ ਐਲੀ ਦੇ ਗਾਣੇ ਮਾੜੇ ਆ ਜਾਵਾਂ ਯਾਰ, ਗਾਣੇ ਨਾ ਸੁਣੋ ਉਹਦੇ, ਗਾਣੇ ਤੁਸੀਂ ਮੇਰੇ ਵੀ ਨਾ ਸੁਣੋ। ਗਾਣੇ ਤਾਂ ਯਾਰ ਆਪਾਂ ਬਾਬਿਆਂ ਨਾਲ ਵਧੀਆ, ਜਿਹੜੇ ਬਾਬੇ ਵਧੀਆ ਗੱਲਾਂ ਸੁਣਾਉਂਦੇ ਉਹ ਸੁਣੋ, ਠੀਕ ਆ। ਪਰ ਐਲੀ ਆ ਰੌਲੇ 'ਚ ਬਈ ਬਹੁਤ ਵਧੀਆ ਰਿਹਾ ਹੈਗਾ, ਮੇਰੇ ਵਰਗਾ ਚੈਲੰਜ ਕਰਕੇ ਰਾਮਪੁਰੇ ਬਠਿੰਡੇ ਨਹੀਂ ਜਾ ਸਕਦਾ। ਉਹ ਬੰਦਾ ਪਤਾ ਕਿੱਥੋਂ ਆ ਗਿਆ, ਉਹ ਬੰਦਾ ਆ ਗਿਆ ਕੈਨੇਡਾ ਤੋਂ, 12,000 ਕਿਲੋਮੀਟਰ ਵਾਟ ਤੋਂ ਚੱਲ ਕੇ ਆ ਗਿਆ ਉਹ, ਅਤੇ ਮੋਟਾ ਜਿਹਾ ਸੱਭਿਆਚਾਰ ਵਾਲਾ ਵਾਲ ਡਾ ਕੇ ਉੱਡ ਗਿਆ ਲਾ। ਐਲੀ ਮੰਗਟ ਦਾ ਕਸੂਰ ਦੱਸੋ ਕੀ ਸੀ, ਪਹਿਲਾਂ ਇਹ ਨਹੀਂ ਚੈਲੰਜ ਕੀਤਾ ਸੀ? ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਸਨਾਜ ਗਿੱਲ ਨੂੰ 2 ਜਣ ਵਿੱਚ ਮਸ਼ਹੂਰ ਨਹੀਂ ਹੋ ਸਕਦੀ ਸੀ। ਸਨਾਜ ਗਿੱਲ ਕੋਲ ਵੀਡੀਓ ਪਹੁੰਚਦੇ ਕਰ ਦਿਓ ਮਾਡਲ ਕੋਲ, ਉਹਨੂੰ ਐਲੀ ਮੰਗਟ ਨੇ ਮਸ਼ਹੂਰ ਕੀਤਾ। ਐਲੀ ਮੰਗਟ ਨੇ ਉਹ 1 ਦਿਨ ਧਰਨੇ 'ਤੇ ਨਹੀਂ ਬੈਠੀ, ਐਲੀ ਮੰਗਟ ਦੇ ਹੱਕ 'ਚ ਨਹੀਂ ਬੋਲੀ। ਮੇਰੀ ਇੰਨੀ ਲੜਾਈ ਹੈ ਇੱਟ ਕੁੱਤੇ ਵਾਲਾ ਵੈਰ ਐਲੀ ਮੰਗਟ ਨਾਲ, ਫਿਰ ਵੀ ਉਹਦੇ ਹੱਕ 'ਚ ਬੋਲਿਆ ਵੀ ਯਾਰ ਜਿਹੜੀ ਆਹ ਲੜਾਈ ਹੈ ਧੱਕਾ ਹੋਇਆ। ਅਤੇ ਹੁਣ ਮੇਰੀ ਗੱਲ ਸੁਣ ਲਓ, ਸਾਰਿਆਂ ਨੇ ਜੁਨੀਆਂ ਨਾ, ਸੇਠਾਂ ਦੀਆਂ ਵੀ ਜੁਨੀਆਂ ਨਾ, ਲਾਲਿਆਂ ਦੀਆਂ ਜੁਨੀਆਂ ਨਾ, ਸੇਠਾਂ ਦੀਆਂ ਜੁਨੀਆਂ ਨਾ, ਹਰੇਕ ਮਹਿਕਮੇ ਦੀਆਂ ਜੁਨੀਆਂ ਨਾ, ਆਪਦੇ ਬੰਦਿਆਂ ਨਾਲ ਖੜ੍ਹਦੇ ਆ। ਕਲਾਕਾਰਾਂ ਦੀ ਕੋਈ ਜੁਨੀਆਂ ਨਹੀਂ, ਕਲਾਕਾਰਾਂ ਨੂੰ ਮੈਂ ਬੇਨਤੀ ਕਰਦਾਂਗਾ ਵੀ ਤੁਸੀਂ ਜੁਨੀਆਂ ਬਣਾਓ, ਜੇ ਤੁਹਾਨੂੰ ਸੰਗ ਲੱਗਦੀ ਹੈ ਜੁਨੀਆਂ ਦਾ ਪ੍ਰਧਾਨ ਮੈਨੂੰ ਬਣਾ ਦਿਓ। ਕਲਾਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਜੁਨੀਆਂ ਬਣਾਓ, ਜੁਨੀਆਂ ਦਾ ਪ੍ਰਧਾਨ ਮੈਨੂੰ ਬਣਾ ਦਿਓ। ਮੈਂ ਜੁਨੀਆਂ ਨਾ ਐਂ ਨਹੀਂ ਕਹਿੰਦਾ ਵੀ ਗੰਦੇ ਗਾਣੇ ਗਾਓ, ਗੰਦੇ ਗਾਣੇ ਨਹੀਂ ਮੈਂ ਕਹਿੰਦਾ ਵੀ ਜੁਨੀਆਂ ਬਣਾ ਕੇ ਆਪਾਂ ਗੰਦੇ ਗਾਣੇ ਗਾਉਣੇ ਆ, ਪਰ ਆਪਾਂ ਕਲਾਕਾਰਾਂ ਦੀ ਇੱਕ ਜੁਨੀਆਂ ਹੋਵੇ, ਜੇ ਕੋਈ ਕਲਾਕਾਰ ਬਿਮਾਰ ਹੋ ਜਾਵੇ ਕੁਛ ਵੀ ਹੋ ਜਾਵੇ ਆਪਾਂ ਉਹਦੀ ਮਦਦ ਕਰਨੀ ਆ। ਕਲਾਕਾਰਾਂ ਦੀ ਜੁਨੀਆਂ ਬਣਾਉਣੀ ਚਾਹੀਦੀ ਆ। ਤੁਹਾਨੂੰ ਜੇ ਸੰਗ ਲੱਗਦੀ ਹੈ ਕਲਾਕਾਰਾਂ ਦਾ ਪ੍ਰਧਾਨ ਮੈਂ ਬਣ ਜਾਂਦਾ, ਆਪਾਂ ਇੱਕ ਦੂਜੇ ਦੇ ਕਿਹਦੀ ਲੜਾਈ ਹੋ ਜਾਵੇ, ਕੋਈ ਢਿੱਲਾ ਮੱਠਾ ਕਲਾਕਾਰ ਆ ਉਹਦੇ ਆਪਾਂ ਹੱਕ 'ਚ ਖੜਿਆ ਕਰੀਏ ਅਤੇ ਧਰਨਾ ਲਾਇਆ ਕਰੀਏ। ਜਿਵੇਂ ਹੁਣ ਸੇਠ ਧਰਨਾ ਲਾ ਲੈਂਦੇ ਆ ਸੇਠਾਂ ਦੀ ਜੁਨੀਆਂ ਨਾਲ, ਆਪਾਂ ਇਹ ਧਰਨਾ ਲਾਇਆ ਕਰੀਏ ਜਦੋਂ ਕਲਾਕਾਰਾਂ 'ਤੇ ਕੋਈ ਭੀੜ ਆਉਂਦੀ ਆ। ਅਤੇ ਮੋਟਾ ਜਿਹਾ ਤਾਂ ਪਤੰਦਰ ਭੱਜ ਗਿਆ, ਮੋਟਾ ਭੱਜ ਹੀ ਗਿਆ ਸੱਭਿਆਚਾਰ ਦਾ ਰੌਲਾ ਪਾਉਣ ਵਾਲਾ। ਐਲੀ ਬਾਈ ਬੰਦਾ ਘੈਂਟ ਆ, ਮੈਂ ਉਹਨੂੰ ਮਿਲ ਕੇ ਵੀ ਆਊਂ, 7-8 ਗੱਡੀਆਂ ਲੈ ਕੇ ਜਾਵਾਂਗੇ ਚੰਡੀਗੜ੍ਹ, ਉਹਨੂੰ ਮਿਲ ਕੇ ਵੀ ਆਵਾਂਗੇ। ਬੰਦਾ ਵਧੀਆ ਹੈਗਾ, ਉਹ ਜ਼ਮਾਨਤ ਹੋ ਗਈ, ਬਾਬੇ ਨੇ ਕਿਰਪਾ ਕਰਤੀ, ਬਹੁਤ ਵਧੀਆ ਹੋ ਗਿਆ। ਐਂ ਕਰਦੇ ਮੋਟੇ ਤੋਂ ਐਂ ਪੁੱਛੋ ਵੀ ਤੂੰ ਫ੍ਰੀ ਖਾਣਾ ਕਿੱਥੇ ਲਾਇਆ, ਕਿਹੜੇ ਹੜਾਂ 'ਚ ਤੂੰ ਮਦਦ ਕੀਤੀ ਆ, ਵਿਰਸੇ ਲਈ ਤੂੰ ਕੀ ਕੀਤਾ ਗਾ, ਮੈਨੂੰ ਐਂ ਦੱਸ ਦੇ ਮੋਟਾ ਜਿਹਾ। ਅਤੇ ਐਲੀ ਮੰਗਟ
ਸਾਰੇ ਯਾਰ ਨਾ ਸੱਭਿਆਚਾਰ ਦਾ ਮਕੌਟਾ ਚਾੜ ਕੇ ਲੋਕਾਂ ਨੂੰ ਨਾ ਬਣਾਉਂਦੇ ਆ, ਠੀਕ ਹੈ, ਉੱਤੇ ਸੱਭਿਆਚਾਰ ਦਾ ਮਖੌਟਾ ਚਾੜ ਲੈਂਦੇ ਆ, ਫਿਰ ਲੋਕਾਂ ਨੂੰ ਬਣਾਈ ਜਾਂਦੇ ਆ, ਇਹ ਕੋਈ ਗੱਲ ਹੈ ਯਾਰ? ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਸੀਂ ਐਲੀ ਅਤੇ ਅੰਧਾਵੇ ਵਿੱਚੋਂ ਕਿਸ ਦੇ ਹੱਕ ਵਿੱਚ ਹੋ। ਇਸ ਦੇ ਨਾਲ ਹਰ ਤਰ੍ਹਾਂ ਦੀ ਅਪਡੇਟ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਮੂਰੇ ਐਲੀ ਤੁਹਾਡੇ ਸਾਹ ਸੁੱਕ ਗਏ, ਚੱਕ ਪਿੱਕੇ ਪਿੱਕੇ ਥਾਰਾਂ ਤੁਸੀਂ ਸ਼ਹਿਰ ਵੱਕ ਗਏ। ਓ ਆਇਆ ਠਾਸੀ ਮੂਰੇ ਐਲੀ ਤੁਹਾਡੇ ਸਾਹ ਸੁੱਕ ਗਏ, ਚੱਕ ਪਿੱਕੇ ਪਿੱਕੇ ਥਾਰਾਂ ਤੁਸੀਂ ਸ਼ਹਿਰ ਵੱਕ ਗਏ। ਜੀ ਦੇ ਸਿਰ ਤੇ ਤੂੰ ਫਿਰੇ ਲਲਕਾਰੇ ਮਾਰਦਾ, ਉਹਦੇ ਫੇਸ ਨਾਲੋਂ ਵੱਖ ਕੀਤੇ ਕੰਨ ਬੱਲਿਆ, ਤੇਰੇ ਲਈ ਤਾਂ ਸਾਡਾ ਇੱਕੋ ਲਲਕਾਰਾ ਕਾਫੀ ਹੈ।